ਇਹ ਜੀ ਡੇਰਾ ਆ ਜਿਹੜੇ ਮਾਤਾ ਜੀ ਨੇ, ਉਹਨਾਂ ਦਾ ਨਾਮ ਸੀਗਾ ਸਾਈਂ ਜੀਵੇ ਸ਼ਾਹ ਜੀ। ਅੱਜ ਡੇਰਾ ਆ ਸਾਰਾ ਇਹ, ਆਹ ਦੇਖੋ ਜੀ ਵਿਊ, ਬੈਠੇ ਨੇ। ਸਤਿ ਸ਼੍ਰੀ ਅਕਾਲ ਜੀ। ਇਸ ਪਿੱਛੇ ਜਾਣੀ ਗਰਿੱਲਾ ਸੀ ਅਤੇ ਬਹੁਤ ਜ਼ਿਆਦਾ ਸੋਹਣਾ ਬਿਲਡ ਕੀਤਾ ਹੋਇਆ। ਲਓ ਬਈ ਅਸੀਂ ਉਸ ਜਗ੍ਹਾ 'ਤੇ ਪਹੁੰਚ ਗਏ ਹਾਂ ਜਿਹਦੇ ਮੈਂ ਆਹ ਵਾਲੀ ਜਗ੍ਹਾ ਆ ਜਿੱਥੇ ਜਾਣ ਨੂੰ ਮੈਂ ਕਹਿੰਦਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਆਏ ਹਾਂ ਇੱਕ ਅਨੋਖੀ ਜਗ੍ਹਾ 'ਤੇ ਅਤੇ ਇਹ ਵੀ ਜੇਜੋ ਦੇ ਕੋਲ ਪੈ ਜਾਂਦੀ ਆ ਅਤੇ ਇਸ ਡੇ ਜਗ੍ਹਾ ਨੂੰ ਕਹਿੰਦੇ ਆ ਰੋਡਿਆਂ ਦਾ ਡੇਰਾ। ਅਤੇ ਵੈਸੇ ਇਹਨਾਂ ਦਾ ਅਸਲੀ ਨਾਮ ਹੈਗਾ ਡੇਰਾ ਸਾਈਂ ਗੁਲਾਬ ਸ਼ਾਹ ਜੀ। ਇਹ ਹੈਗਾ ਮੈਲੀ ਦੇ ਵਿੱਚ ਅਤੇ ਪਿੰਡ ਮੈਲੀ ਦੇ ਵਿੱਚ ਹੈਗਾ ਆ ਅਤੇ ਇੱਥੋਂ ਮੈਲੀ ਡੈਮ ਥੋੜ੍ਹਾ ਦੂਰ ਆ ਅਤੇ ਜਿਹੜਾ ਮੈਲੀ ਡੈਮ ਜਿਹਨੂੰ ਕਹਿੰਦੇ ਉਸ ਪਿੰਡ ਦੇ ਵਿੱਚ ਹੀ ਆ ਇਹ। ਅਤੇ ਥੋੜ੍ਹਾ ਜਿਹਾ ਤੁਹਾਨੂੰ ਸਫ਼ਰ ਕਰਨਾ ਪੈਣਾ, ਤੁਹਾਨੂੰ ਫੀਲ ਆਊਂਗੀ ਪੂਰੀ ਜੰਗਲ ਵਾਲੀ ਪਹਾੜੀ ਇਲਾਕਾ ਆ ਇਹ, ਛੋਟੀ ਛੋਟੀਆਂ ਪਹਾੜੀਆਂ ਆ। ਤਾਂ ਤੁਸੀਂ ਦੇਖ ਸਕਦੇ ਹੋ ਪੂਰਾ ਡੇਰਾ ਲਾਲ ਰੰਗ ਕੀਤਾ ਹੋਇਆ ਆ ਸਾਰੇ ਡੇਰੇ ਨੂੰ। ਅਤੇ ਅਸੀਂ ਹੁਣ ਅੰਦਰ ਜਾਵਾਂਗੇ, ਮੱਥਾ ਟੇਕਾਂਗੇ ਤਾਂ ਤੁਹਾਨੂੰ ਦਿਖਾਵਾਂਗੇ। ਤਾਂ ਇੱਕ ਚੀਜ਼ ਮੈਨੂੰ ਬਹੁਤ ਅਨੋਖੀ ਲੱਗੀ, ਇੱਧਰ ਦਿਖਾਇਓ। ਆਹ ਦੇਖੋ ਚਿੜੀਆਂ ਦੇ ਲਈ ਬਣਾਇਆ ਹੋਇਆ, ਤਾਂ ਕਿੰਨਾ ਸੋਹਣਾ ਲੱਗਦਾ। ਅਤੇ ਇਹ ਆਰਟੀਫਿਸ਼ਲ ਆ, ਐਡੇ ਜੰਗਲ ਹੋਣ ਦੇ ਬਾਵਜੂਦ ਵੀ ਇੱਕ ਆਰਟੀਫਿਸ਼ਲ ਬਣਾਇਆ ਹੋਇਆ ਚਿੜੀਆਂ ਦੇ ਲਈ। ਪਰਿਵਾਰ 'ਤੇ ਅੰਦਰ ਚੱਲੇ ਹਾਂ ਅਤੇ ਸਭ ਤੋਂ ਪਹਿਲਾਂ ਰੁਮਾਲ ਬੰਨ ਲਈਏ। ਤੇ ਜਿੰਨੇ ਵੀ ਆ ਕਦੇ ਵੀ ਕਿਸੇ ਵੀ ਜਗ੍ਹਾ ਤੇ ਜਾਂਦੇ ਆ ਰੁਮਾਲ ਬੰਨ ਲਿਆ ਕਰੋ। ਤੇ ਹੁਣ ਚੱਲਦੇ ਅੰਦਰ। ਇਹ ਜੋ ਡੇਰਾ ਹੈ ਇਸਨੂੰ ਰੋਟੀਆਂ ਦਾ ਡੇਰਾ ਕਿਹਾ ਜਾਂਦਾ ਹੈ ਅਤੇ ਰੋਟੀਆਂ ਦੇ ਡੇਰੇ ਦੇ ਨਾਲ ਨਾਲ ਇਸਨੂੰ ਬੀਬੀਆਂ ਦਾ ਡੇਰਾ ਵੀ ਕਿਹਾ ਜਾਂਦਾ। ਤਾਂ ਇਹਦਾ ਇਤਿਹਾਸ ਡੇਰਾ ਬਿਆਸ ਵਾਲਿਆਂ ਦੇ ਨਾਲ ਵੀ ਜੁੜਿਆ ਆ ਕਹਿੰਦੇ। ਤਾਂ ਵੈਸੇ ਇਸਦਾ ਜਿਹੜਾ ਮੇਨ ਡੇਰਾ ਆ, ਜਿਹੜਾ ਨਾਮ ਆ ਜਿਨ੍ਹਾਂ ਦਾ, ਉਹ ਸਾਈਂ ਗੁਲਾਬ ਸ਼ਾਹ ਜੀ ਦੇ ਨਾਮ 'ਤੇ ਆ, ਉਹਨਾਂ ਦੇ ਨਾਮ 'ਤੇ ਡੇਰਾ ਆ। ਅਤੇ ਇੱਥੇ ਕਹਿੰਦੇ ਜੀ ਬਿਆਸ ਵਾਲੇ ਮਹਾਰਾਜ ਜੀ ਵੀ ਅਕਸਰ ਆਉਂਦੇ ਆ ਅਤੇ ਉਹ ਕਿਸੇ ਨੂੰ ਦੱਸ ਕੇ ਨਹੀਂ ਆਉਂਦੇ। ਵੈਸੇ ਪਰਸਨਲੀ ਇੱਥੇ ਜੋ ਵੀ ਇਸ ਟਾਈਮ ਗੱਦੀ 'ਤੇ ਨੇ ਉਹਨਾਂ ਨੂੰ ਮਿਲਣ ਆਉਂਦੇ ਨੇ। ਅਤੇ ਇਹ ਜਿਹੜਾ ਤੁਸੀਂ ਦੇਖ ਸਕਦੇ ਆ ਇਹ ਹੈਗਾ ਜੀ ਸਤਸੰਗ ਭਵਨ। ਆ ਜੋ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਸਤਸੰਗ ਭਵਨ ਆ, ਇੱਥੇ ਸਤਸੰਗ ਹੁੰਦਾ ਆ। ਇਹ ਸੇਮ ਲਾਗ ਐਜ ਏ ਬਿਆਸ ਡੇਰੇ ਦੇ ਵਾਂਗ ਹੀ ਆ, ਇੱਥੇ ਨਾਮਦਾਨ ਦਿੰਦੇ ਆ, ਸਤਸੰਗ ਹੁੰਦਾ ਆ, ਜਿੱਦਾਂ ਬਿਆਸ ਦੇ ਵਿੱਚ ਗੱਦੀ ਚੱਲਦੀ ਉੱਦਾਂ ਹੀ ਆ। ਅਤੇ ਉੱਪਰ ਇੱਕ ਜਗ੍ਹਾ ਆ ਥੋੜ੍ਹੀ ਉਚਾਈ 'ਤੇ ਆ ਅਤੇ ਕਹਿੰਦੇ ਆ ਵੀ ਚਾਬੀ ਲੈਣੀ ਪੈਂਦੀ ਆ ਅਤੇ ਉੱਪਰ ਜਾਣ ਲਈ ਲੋਕ ਲੱਗਿਆ ਹੁੰਦਾ ਅਤੇ ਪੌੜੀਆਂ ਚੜ੍ਹ ਕੇ ਥੋੜ੍ਹੀ ਉਚਾਈ 'ਤੇ ਆ ਚੋਟੀ 'ਤੇ। ਅਤੇ ਕੋਸ਼ਿਸ਼ ਕਰਦੇ ਹਾਂ ਹੁਣ ਉੱਥੇ ਜਾਣ ਦੀ, ਪਤਾ ਕਰਦੇ ਹਾਂ। ਇੱਥੇ ਭਰਾ ਹੁਣੀ ਖੜ੍ਹੇ ਆ ਅਤੇ ਵੇਟ ਕਰ ਰਹੇ ਆ ਮੇਰੀ। ਅਤੇ ਮੈਂ ਸੋਚਿਆ ਮੈਂ ਤੁਹਾਨੂੰ ਪਹਿਲਾਂ ਦਿਖਾ ਦੂੰਗਾ ਇੱਥੇ ਥੱਲੇ ਦਾ ਸਾਰਾ। ਹੁਣ ਆਪਾਂ ਉੱਧਰ ਨੂੰ ਚੱਲਦੇ ਹਾਂ।
ਕਿੰਨਾ ਸੋਹਣਾ ਲੱਗਦਾ ਪਿਆ। ਰਿਸ਼ਤਾ ਸੀ ਇੱਥੇ ਕਿਸੇ ਨੂੰ, ਕੰਮ ਚੱਲ ਰਿਹਾ ਜੀ ਇੱਥੇ, ਕੰਮ ਚੱਲ ਰਿਹਾ ਆ। ਆਹ ਵਾਲੀ ਜਗ੍ਹਾ ਹੈ ਜਿੱਥੇ ਜਾਣ ਨੂੰ ਮੈਂ ਕਹਿੰਦਾ ਸੀਗਾ, ਉੱਪਰ ਆ ਸਿਖਰ ਤੇ। ਸੋ ਰਸਤਾ ਹੈਗਾ ਜਾਣੇ ਨੂੰ, ਆ ਜਾਂਦਾ ਪਿੱਛੇ 'ਚ, ਦੇਖਦੇ ਹਾਂ ਹੁਣ। ਲਓ ਵੀ ਅਸੀਂ ਅੰਦਰ ਜਾ ਰਹੇ ਹਾਂ, ਸਿਰ ਢੱਕ ਕੇ ਅਤੇ ਜੋੜੇ ਬਾਹਰ ਲਾ ਕੇ ਆਉਣਾ। ਦਰਗਾਹ ਹੈ ਲਿਖਿਆ ਹੋਇਆ ਫੋਟੋਗ੍ਰਾਫੀ ਮਨਾ ਹੈ। ਅੱਛਾ ਸਰ, ਇਹ ਜੀ ਡੇਰਾ ਆ, ਇੱਥੇ ਜਿਹੜੇ ਮਾਤਾ ਜੀ ਨੇ, ਉਹਨਾਂ ਦਾ ਨਾਮ ਸੀਗਾ ਸਾਈਂ ਜੀਵੇ ਸ਼ਾਹ ਜੀ, ਅਤੇ ਇਹ ਡੇਰਾ ਆ ਅਤੇ ਗੱਦੀ ਬਾਈ ਗੱਦੀ ਚੱਲਦੀ ਪਈ ਆ ਇੱਥੇ, ਕਾਫੀ ਸੰਗਤ ਆਉਂਦੀ ਹੋਣੀ ਆ ਇੱਥੇ। ਹੁਣ ਅਸੀਂ ਜਾਣਾ ਆ ਉੱਪਰ, ਰਸਤਾ ਲੱਭ ਰਹੇ ਹਾਂ, ਕੱਚਾ ਰਸਤਾ ਆ ਗਿਆ। ਚੱਪਲਾਂ ਮੈਂ ਬਾਹਰ ਹੀ ਖੋਲਦੀਆਂ ਸੀਗੀਆਂ। ਓ ਲੋਕ ਲੱਗਾ ਆ, ਖੁੱਲ੍ਹਾ ਆ, ਚਲੋ ਫਿਰ ਹੜ ਲੱਗਾ ਫਿਰ ਫਾਇਦਾ ਉਠਾਓ ਤੇ ਚਲੋ ਉੱਪਰ ਨੂੰ। ਇੱਧਰੋਂ ਇੰਨੇ ਆ, ਇਹ ਆ ਜੀ ਦਰਵਾਜ਼ੇ, ਖੋਲ੍ਹਣੇ ਨਹੀਂ ਹੋਵੇ ਜਦੋਂ ਫਿਰ ਹੌਲੀ। ਰਸਤਾ ਸਾਫ ਆ ਬਣਾਇਆ ਹੋਇਆ, ਨਹੀਂ ਤਾਂ ਨੰਗੇ ਪੈਰੀ ਤੁਹਾਨੂੰ ਪਤਾ ਹੀ ਆ। ਸਾਰਾ ਸਾਰਾ ਕ੍ਰੈਡਿਟ ਜਾਂਦਾ ਆ ਮਨੀਸ਼ ਨੂੰ, ਪੁਰਾਣੇ ਲੈ ਕੇ ਆਉਂਦਾ, ਅਤੇ ਅਸੀਂ ਰਸਤਾ ਦਿਖਾਵਾਂਗੇ ਸਾਰਾ ਕੁਛ, ਅਤੇ ਥੋੜ੍ਹਾ ਬਹੁਤਾ ਹੱਥ ਨੂੰ ਟਾਇਟ ਰੱਖਾਂ ਕਿਉਂਕਿ ਮੌਂਕੀ ਨੇ, ਬਜਰੰਗ ਬਲੀ ਜੀ ਨੇ ਬੈਠੇ ਨੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਕਹਿੰਦੇ ਜੀ। ਇਹ ਮਿੰਨਾ ਬਹੁਤ ਲੱਗਦੇ ਇਹਨਾਂ ਦੀ, ਮੈਨੂੰ ਪਤਾ ਨਹੀਂ ਕਾਹਦੇ, ਮੈਨੂੰ ਪੈ ਜਾਂਦੇ ਛੇਤੀ, ਸ਼ਾਇਦ ਪਿਛਲੇ ਜਾਣ ਗਰਿੱਲਾ ਸੀ। ਮੁੜ ਜਾਵਾਂਗੇ ਫਿਰ, ਉੱਪਰ ਲੋਕ ਲੱਗਾ ਹੋਇਆ ਤਾਂ ਫਿਰ ਵਾਪਸ ਮੁੜ ਜਾਵਾਂਗੇ। ਵਾ ਆਇਆ ਜੀ, ਇੱਥੇ ਲੋਕ ਲੱਗਾ ਹੋਇਆ ਆ, ਚਲੋ ਬਾਹਰੋਂ ਹੀ ਮੱਥਾ ਟੇਕ ਲਵਾਂਗੇ। ਆ ਜਿੰਦਾ ਲੱਗਾ ਹੋਇਆ। ਆ ਜੀ ਤੁਸੀਂ ਦੇਖ ਰਹੇ ਹਾਂ, ਇਹ ਤਪ ਸਥਾਨ ਆ, ਇਹ ਇੱਕ ਭੋਰਾ ਬਣਾਇਆ ਹੋਇਆ ਹੈ, ਪਹਾੜੀ ਦੇ ਵਿੱਚ ਬਣਿਆ ਹੋਇਆ ਹੈ ਇਹ, ਅਤੇ ਇੱਥੇ ਜਿਹੜੇ ਵੀ ਗੁਰੂ ਹੋਏ ਆ ਇੱਥੇ ਗੱਦੀ 'ਤੇ, ਉਹ ਇੱਥੇ ਤਪ ਕਰਦੇ ਆ, ਅਤੇ ਜੋ ਹੁਣ ਅਸੀਂ ਉੱਪਰ ਜਾ ਰਹੇ ਨਾ, ਉਹ ਵੀ ਇੱਕ ਤਪ ਸਥਾਨ ਹੀ ਆ ਜਿੱਥੇ ਹੁਣ ਅਸੀਂ ਉੱਪਰ ਜਾ ਰਹੇ ਹਾਂ। ਕਿੰਨਾ ਸੋਹਣਾ ਵਿਊ ਆ ਗਿਆ ਬਾਬੇ, ਇਸ ਟਾਈਮ ਆਈ ਫੀਲ ਲਾਈਕ ਆਈ ਐਮ ਇਨ। ਆ ਦੇਖੋ ਜੀ ਵਿਊ, ਚੈੱਕ ਕਰ ਵਿਊ, ਸੋਹਣੀ ਹੈ ਨਹੀਂ, ਚੈੱਕ ਕਰ। ਆ ਦੇਖੋ ਜੀ, ਬਹੁਤ ਜ਼ਿਆਦਾ ਸੋਹਣਾ ਵਿਊ ਆ, ਆਈ ਫੀਲ ਲਾਈਕ ਆਈ ਐਮ ਇਨ ਚਾਈਨਾ।
Or you can say also in Manali. There are a lot of trees in my behind and left and right on my up and ground. You can see the greenery also. I don't know what call this in English. In Punjabi, we can say Haryali. ਐਕਸਾਈਟਮੈਂਟ ਫੁੱਲਿਆ ਤੇ ਮਨੀਸ਼ ਭਰਾ ਉਹਨਾਂ ਦੀ ਬੱਸ ਹੋ ਗਈ ਤੇ ਕਾਫੀ ਪੌੜੀ ਆ, ਮੇਰੀ ਨਹੀਂ ਹੋਈ ਹਜੇ ਕਿਉਂਕਿ ਥੋੜਾ ਮੈਂ ਐਕਸਾਈਟਡ ਵੀ ਹਾਂ ਬਹੁਤ ਜ਼ਿਆਦਾ। ਉੱਦਾਂ ਵੀ ਜਦੋਂ ਮੈਂ ਨੇਚਰ ਨੂੰ ਦੇਖਦਾ ਹਾਂ ਨਾ, ਮੈਂ ਜ਼ਿਆਦਾ ਐਕਸਾਈਟਡ ਹੋ ਜਾਂਦਾ। ਤੇ ਫਾਈਨਲੀ ਵੀ ਗੋਟ ਇਟ, ਵੀ ਆਰ ਹੇਅਰ ਰਾਈਟ ਨਾਓ ਐਂਡ ਯੂ ਕੈਨ ਹੇਅਰ ਮਾਈ ਬਰੀਥ ਇਜ਼ ਟੂ ਫਾਸਟ। ਤਪ ਸਥਾਨ ਆ ਇਹ ਹੈ ਜੀ, ਮਹਾਰਾਜ ਜੀ ਦਾ ਤਪ ਸਥਾਨ। ਅਸੀਂ ਇੱਥੇ ਮਹਾਰਾਜ ਜੀ ਦਾ ਹੈਗਾ ਤਪ ਸਥਾਨ, ਇਸ ਜਗ੍ਹਾ 'ਤੇ ਪਹੁੰਚ ਗਏ ਹਾਂ ਜਿਹਦੇ ਮੈਂ ਥੱਲਿਓ ਦਿਖਾਇਆ ਸੀ ਤੁਹਾਨੂੰ। ਅਤੇ ਤੁਸੀਂ ਪਿੱਛੇ ਵਿਊ ਦੇਖੋ, ਕਿੰਨਾ ਸੋਹਣਾ ਵਿਊ ਆ, ਬਹੁਤ ਜ਼ਿਆਦਾ ਵਧੀਆ ਵਿਊ ਆ। ਅਤੇ ਲੋਕੇਸ਼ਨ ਮੈਂ ਦੇ ਦੂੰਗਾ ਸਾਰੀ ਵੀਡੀਓ ਦੇ ਵਿੱਚ, ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹਾਂ, ਸਾਰੀ ਇਨਫੋਰਮੇਸ਼ਨ ਦਊਂਗਾ ਮੈਂ ਇਸ ਡੇਰੇ ਬਾਰੇ। ਇਹ ਹੈਗਾ ਤਪ ਸਥਾਨ। ਤਪ ਸਥਾਨ ਮਤਲਬ ਜਿੱਥੇ ਉਹਨਾਂ ਨੇ ਬੰਦਗੀ ਕੀਤੀ ਆ, ਭਗਤੀ ਕੀਤੀ ਆ। ਅਤੇ ਇਸ ਜਗ੍ਹਾ 'ਤੇ ਨਾਮਦਾਨ ਮਿਲਦੇ ਆ, ਗੱਦੀ ਬਾਈ ਗੱਦੀ ਡੇਰਾ ਚੱਲਦਾ ਆ। ਇਹ ਡੇਰਾ ਆ ਨਾ ਕਿ ਐਸੇ ਗੁਰਦੁਆਰਾ ਨਹੀਂ ਹੈਗਾ, ਇੱਕ ਡੇਰਾ ਆ। ਡੇਰੇ ਦੇ ਵਿੱਚ ਗੱਦੀ ਬਾਈ ਗੱਦੀ ਚੱਲਦੀ ਹੁੰਦੀ ਆ। ਦੇਖੋ ਬਹੁਤ ਜ਼ਿਆਦਾ ਸੋਹਣਾ ਆ ਡੇਰਾ, ਲਾਲ ਰੰਗ ਦਾ ਕੀਤਾ ਹੋਇਆ ਅਤੇ ਬਾਈ ਬਹੁਤ ਜ਼ਿਆਦਾ ਸੋਹਣਾ ਆ, ਬਹੁਤ ਜ਼ਿਆਦਾ ਸੋਹਣਾ। ਦੇਖੋ ਵਾਕਈ ਬਹੁਤ ਜ਼ਿਆਦਾ ਸੋਹਣਾ ਆ ਵਿਊ। ਹੁਣ ਅਸੀਂ ਜਾ ਰਹੇ ਹਾਂ ਥੱਲੇ ਨੂੰ, ਇੱਥੇ ਫੀਲ ਇੱਦਾਂ ਲੱਗਦੀ ਹੈ ਜਿੱਦਾਂ ਆਪਾਂ ਕਿਸੇ ਹੋਰੀ ਜਗ੍ਹਾ 'ਤੇ ਆ ਗਏ ਹਾਂ। ਬਾਕੀ ਜੋ ਕੁਦਰਤ ਆ ਨਾ, ਇਹਦੀ ਖੂਬਸੂਰਤੀ ਬੁਨਿਆਦੀ ਚੀਜ਼ਾਂ ਤੋਂ ਪਰੇ ਆ। ਪਰਮਾਤਮਾ ਨੇ ਸ੍ਰਿਸ਼ਟੀ ਨੂੰ ਬਹੁਤ ਜ਼ਿਆਦਾ ਸੋਹਣਾ ਬਣਾ ਦਿੱਤਾ। ਲੈ ਲਓ ਆਕਸੀਜਨ ਸਾਫ਼ ਸਾਫ਼, ਵਾਹ, ਨਹੀਂ ਤਾਂ ਧੂੰਆਂ ਹੀ ਖਾਈਦਾ ਸ਼ਹਿਰਾਂ 'ਚ। ਅੱਗੇ ਰੋਕ, ਮੈਂ ਬਲੌਗ ਵੀ ਖਤਮ ਕਰਨਾ ਬਾਬੇ, ਇੱਥੇ ਰੋਕ ਲਾ, ਇੱਥੇ ਰੋਕ ਦੇ ਇੱਥੇ। ਅਤੇ ਆਹ ਸੀਗਾ ਜੀ ਡੇਰਾ, ਅਤੇ ਕੁਛ ਵੀਡੀਓਸ ਨੂੰ ਅਲਾਊਡ ਨਹੀਂ ਕਰਦੇ। ਜਿਹੜਾ ਇੱਥੇ ਸਤਸੰਗ ਭਵਨ ਸੀਗਾ ਅਤੇ ਉਹਦੀ ਵੀਡੀਓ ਕਹਿੰਦੀ ਬਣਾਉਣੀ, ਜਿਹੜਾ ਰੈੱਡ ਕਲਰ ਦਾ ਤੁਸੀਂ ਦੇਖ ਸਕਦੇ ਸੀ ਨਾ ਪਹਿਲਾਂ, ਔਰ ਸਤਸੰਗ ਭਵਨ ਆ ਅਤੇ ਵੀਡੀਓ ਅਲਾਊਡ ਨਹੀਂ ਕਰਦੇ ਬਣਾਉਣੀ। ਅਤੇ ਇਹਦੇ ਬਾਰੇ ਤੁਸੀਂ ਹੁਣ ਵੀਡੀਓ ਦੇ ਵਿੱਚ ਮੈਂ ਦੱਸੇ ਦਿੱਤਾ ਹੈ ਸਾਰਾ ਡੇਰੇ ਬਾਰੇ ਜੋ ਵੀ ਆ। ਅਤੇ ਆਓ ਇੱਥੇ ਜੇ ਕਿਸੇ ਨੇ ਆਉਣਾ ਆ ਤਾਂ ਘੁੰਮ ਸਕਦਾ ਆ, ਮੱਥਾ ਟੇਕ ਸਕਦਾ ਆ। ਇੱਥੇ ਬਹੁਤ ਸਾਰੀਆਂ ਗਾਵਾਂ ਛੱਡੀਆਂ ਹੋਈਆਂ ਆ,
ਮੈਂ ਕਹਿੰਦਾ ਜਿਹਨੇ ਵੀ ਗਾਵਾਂ ਛੱਡਣੀ ਇੱਧਰ ਛੱਡ ਦਿਓ ਆਈ, ਖੇਤਾਂ ਛੱਡਣ ਨਾਲੋਂ ਇੱਥੇ ਖਾਣ ਪੀਣ ਨੂੰ ਚਾਰਨ ਨੂੰ ਸਾਰਾ ਕੁਛ ਹੈਗਾ ਹੀ ਉਹਨਾਂ ਲਈ। ਆਹ ਸੀ ਅੱਜ ਦਾ ਬਲੌਗ, ਅਤੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਅਤੇ ਇਸ ਵੀਡੀਓ ਨੂੰ ਕਮੈਂਟ ਮਾਰਿਓ, ਲਾਈਕ ਕਰਿਓ, ਆਪਣੇ ਯਾਰ ਦੋਸਤਾਂ ਸ਼ੇਅਰ ਕਰਿਓ, ਅਤੇ ਕੋਈ ਵੀ ਇਸ ਵੀਡੀਓ ਨੂੰ ਦੇਖ ਕੇ ਜਿੱਥੇ ਆਉਣਾ ਚਾਹੁੰਦਾ ਹੈ ਅਤੇ ਉਹ ਆ ਸਕਦਾ ਹੈ, ਲੋਕੇਸ਼ਨ ਮੈਂ ਡਿਸਕ੍ਰਿਪਸ਼ਨ 'ਚ ਦੇ ਦੇਣੀ ਆ। ਤਾਂ ਇਸ ਹੈਗਾ ਜੀ ਅੱਜ ਦਾ ਬਲੌਗ, 'ਚ ਕਮੈਂਟ ਕਰੋ ਬੈਲੋ ਵੀਡੀਓ ਦੇ, ਅਤੇ ਜੋ ਵੀ ਆਪਣੇ ਓਪੀਨੀਅਨ ਤੁਸੀਂ ਦੇ ਸਕਦੇ ਆ। ਤਾਂ ਠੀਕ ਆ ਜੀ, ਮਿਲਦੇ ਆ ਨੈਕਸਟ ਬਲੌਗ 'ਤੇ।